ਅਸਰਾ ਲਾਈਵ ਸ਼ੋਅ ਭਗਦੇ ਮਸਲੇ ਲੈ ਕੇ ਗੱਲਬਾਤ ਜਿਹੜੀ ਚੱਲ ਰਹੀ ਹੈ ਖੇਡਾਂ ਦੇ ਵਿੱਚ ਰਾਜਨੀਤੀਕਰਨ ਅਤੇ ਖੇਡ ਮਾਫੀਆ ਸੁਸ਼ਾਤਪ੍ਰੀਤ ਕੌਰ ਫਿਰ ਚੱਲਾਂਗੇ ਉੱਥੇ ਸਾਡੇ ਨਾਲ ਜਗਮੋਹਨ ਵਿੱਜ ਜੀ ਜੁੜੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵਿੱਚ ਸਾਹਿਬ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਸਟੂਡੀਓ ਦੇ ਵਿੱਚ ਬਹੁਤ ਧੰਨਵਾਦ ਜੀ ਵਿੱਚ ਸਾਹਿਬ ਗੱਲ ਜਿਹੜੀ ਚੱਲ ਰਹੀ ਹੈ ਖੇਡਾਂ ਦੇ ਵਿੱਚ ਜਿਹੜਾ ਰਾਜਨੀਤੀਕਰਨ ਹੋ ਰਿਹਾ ਸਿਆਸੀਕਰਨ ਹੋ ਰਿਹਾ ਕਿੰਨਾ ਖਿਡਾਰੀਆਂ ਦੇ ਲੈ ਕੇ ਮੂੰਹ ਮੰਦਰਾ ਖੇਡਾਂ ਦਾ ਵਿਗੜ ਰਿਹਾ ਕਿਸ ਤਰ੍ਹਾਂ ਖੇਡ ਮਾਫੀਆ ਤਿਆਰ ਹੋ ਰਿਹਾ मैडम मेरा मानना यह है कि स्पोर्ट्स दे विच राजनीतिक नुमाइंदगी की जिहड़े राजनीतिक पार्टी ने जुड़े हुए लोग ने या ब्यूरोक्रेट्स ने जी उन्हां दी पैट्रनेज दे हद तक वो साडे नाल जुड़े होण किसी भी खेड नाल वो ऑलवेज वेलकम है क्योंकि उन्हां दी जिहड़ी निगहबानी है जिहड़ा उन्हां दा अनुभव है वो खेड खिडारियां वास्ते या खेड दी संस्था वास्ते लाभदायक हो सकता है पर जिथे गल आती है दखलत दादी की चाहे वो किसी भी तरह है एडमिनिस्ट्रेशन दे विच है खेड दे या सिलेक्शन दे विच है वो नहीं होनी चाहिए जी ते जिक्र कीता सीगा इन्होंने राठौर साहब ने भी गल कीती सी इंफ्रास्ट्रक्चर दी या रेकग्निशन दी मेरा मानना यह है कि जिस तरह अपन सारी गल कर रहे हैं स्पोर्ट्स दी ते इसे तक यूनिफाइड स्पोर्ट्स कोड भी होना चाहिए था भी किसी खिडारी नूं इह ना लगे कि मैं दोयम दर्जे दा नागरिक हां जी दोयम दर्जे दा खिडारी खेड सारे इको जे होने चाहिए है मैं फॉर एग्जाम्पल एक ए स्टेट दे विच इको चैंपियनशिप विच एक खिलाड़ी खेड के आंदा है ते उथों दी स्टेट उनू लख रुपए कैश रिवार्ड दिंदी है जी और उथों नाल नाल दी गवांडी स्टेट दा खिलाड़ी जीत के आंदा है ते उनू कुछ नहीं मिलता है मैं गल कर रहा हां कराटे दी तुसीं देखो कि साडे आले दुआले दे बहुत सारी स्टेट दे विच कराटे नू मान्यता मिली हुई है और पंजाब दे विच चाहे स्कूल गेम्स हैगियां ने चाहे इंटर कॉलेज टूर्नामेंट है चाहे यूनिवर्सिटी दे विच है चाहे अपना भी नेशनल लेवल ते हुण खेलो इंडिया च भी कराटे है लेकिन जदों गल इत्थे तां बच्चे नू खेड़े स्कूल नू डिस्ट्रिक्ट नू बच्चा रिप्रेजेंट कर रहा है लेकिन जदों गल आंदी है रेकग्निशन दी ग्रेडेशन दी तो उहनां नू इह कह के कह दित्ता जांदा है कि तुहाडी गेम दी रेकग्निशन नहीं ते मतलब अलग स्टेट मतलब हरियाणा च रेकग्निशन है पंजाब च नहीं है हिमाचल च है जम्मू कश्मीर च नहीं है एक इस तरह नहीं होना चाहिए कोई भी खेल का खिलाड़ी है वो एक यूनिफाइड स्पोर्ट्स पॉलिसी होनी चाहिए है पूरे थोड़े खिलाड़ी को उन्होंने बनता है वो हक मिलता है और मैं लगता है राजनीतिक इच्छा शक्ति और राजनीतिक जी लीडरशिप है वो एक कंस्ट्रक्टिव रोल अदा कर सकती है वेलकम किया जाना चाहिए ਕਹਿੰਦਾ ਮਤਲਬ ਇਹ ਵਿੱਚ ਸਾਹਿਬ ਕਿ ਪਹਿਲਾਂ ਅਸੀਂ ਕਹਿੰਦੇ ਸੀਗੇ ਕਿ ਵਨ ਸਟੇਟ ਵਨ ਪਾਲਿਸੀ ਹੁਣ ਕਹਿੰਦਾ ਮਤਲਬ ਕਿ ਵਨ ਕੰਟਰੀ ਵਨ ਪਾਲਿਸੀ ਹੋਣੀ ਚਾਹੀਦੀ ਹਰ ਇੱਕ ਸਟੇਟ ਦੇ ਲਈ ਚਾਹੇ ਉਹ ਖੇਡਾਂ ਦੇ ਚਾਹੇ ਕੋਈ ਵੀ ਸੈਕਟਰ ਹੈ ਐਬਸੋਲੂਟਲੀ ਦੈਟ ਸ਼ੁਡ ਬੀ ਦੇਅਰ ਜੀ ਜੀ ਵਿੱਚ ਸਾਹਿਬ ਬਹੁਤ ਬਹੁਤ ਧੰਨਵਾਦ ਸਾਡਾ ਲਾਈਵ ਜੁੜਨ ਦੇ ਲਈ ਜੀ ਜਦ ਸਾਹਿਬ ਆਪਾਂ ਇਸ ਤੋਂ ਪਹਿਲਾਂ ਗੱਲਬਾਤ ਕਰ ਰਹੇ ਸੀਗੇ ਜੀ ਜੀ ਗਰਾਊਂਡਾਂ ਨੂੰ ਲੈ ਕੇ ਸਕੂਲਾਂ ਦੇ ਕਿਰਦਾਰ ਨੂੰ ਲੈ ਕੇ ਜਿਹੜੇ ਪ੍ਰਾਈਵੇਟ ਸਕੂਲ ਨੇ ਤਾਂ ਹੁਣ ਆਪਾਂ ਜਿਹੜੀ ਇਹਨਾਂ ਨੇ ਨਵੀਂ ਗੱਲ ਵਿੱਚ ਸਾਹਿਬ ਜਿਹੜੀ ਹੈ ਉਹਦੇ ਤੇ ਇੱਕ ਕਰਕੇ ਆਪਾਂ ਆਵਾਂਗੇ ਕਿ ਇੱਕ ਪਾਲਿਸੀ ਕਿ ਇਹ ਸਰਕਾਰਾਂ ਲਈ ਸੰਭਵ ਹੈਗਾ ਹੁਣ ਕਿਉਂਕਿ ਇੰਪਲੀਮੈਂਟੇਸ਼ਨ ਵੀ ਆਪਾਂ ਦੇਖਣੀ ਹੈ ਕਿ ਆਪਾਂ ਗੱਲ ਤਾਂ ਕਰ ਦਿੱਤੀ ਕਿ ਸਾਨੂੰ ਇੱਕ ਕੰਟਰੀ ਇੱਕ ਪਾਲਿਸੀ ਚਾਹੀਦੀ ਸਾਰੀਆਂ ਸਟੇਟਸ ਦੇ ਵਿੱਚ ਉਹ ਇੰਪਲੀਮੈਂਟ ਹੋਵੇ ਕੀ ਇਹ ਪ੍ਰੈਕਟੀਕਲੀ ਪੋਸੀਬਲ ਹੈ ਦੇਖੋ ਸਰਕਾਰਾਂ ਦੇ ਜੇ ਕਰਨਾ ਚਾਹੁੰ ਤਾਂ ਕੋਈ ਹਰ ਚੀਜ਼ ਹੋ ਸਕਦੀ ਹੈ ਔਰ ਮੇਰਾ ਖਿਆਲ ਅੱਜ ਜੇ ਪੰਜਾਬ ਮਗਰ ਰਹਿ ਗਿਆ ਤਾਂ ਉਹਨੂੰ ਹਰਿਆਣਾ ਦੀ ਨਕਲ ਕਰ ਲੈਣੀ ਚਾਹੀਦੀ ਹੈ ਜੀ ਝਾਰਖੰਡ ਦੀ ਸਪੋਰਟਸ ਪਾਲਿਸੀ ਬਹੁਤ ਵਧੀਆ ਨੰਬਰ 1 ਦੁਨੀਆ ਦੀ ਸਪੋਰਟਸ ਪਾਲਿਸੀ ਚੀਨ ਦੀ ਔਰ ਜੇ ਚੀਨ ਦੀ ਸਪੋਰਟਸ ਪਾਲਿਸੀ ਨਕਲ ਕਰ ਲੈਣ ਜਿਵੇਂ ਚੀਨ ਦੇ ਬਰਾਬਰ ਸਾਡੀ ਪਾਪੂਲੇਸ਼ਨ ਹੈਗੀ ਆ ਤੇ ਸਾਡੇ ਮੈਡਲ ਵੀ ਉਹਦੇ ਬਰਾਬਰ ਆ ਜਾਣਗੇ ਜੀ ਤੇ ਇਸੇ ਤਰ੍ਹਾਂ ਤੇ ਕਿਉਂਕਿ ਜਿੰਨਾ ਟਾਈਮ ਕੋਈ ਸਾਰਥਕ ਪਾਲਿਸੀ ਨਹੀਂ ਬਣਦੀ ਹੈਗੀ ਤੇ ਉਹਨਾਂ ਟਾਈਮ ਕੁਛ ਨਹੀਂ ਬਣਨਾ ਹੈਗਾ ਅੱਜ ਕੱਲ੍ਹ ਦੇਖੋ ਕੀ ਆ ਕੋਈ ਮਾਂ ਬਾਪ ਕੋਈ ਬੱਚਾ ਉਹਦਾ ਟਾਰਗੇਟ ਕੀ ਆ ਸਾਡੇ ਮੁੱਖ ਟਾਰਗੇਟ ਹੁੰਦਾ ਜੀ ਆਪਾਂ ਸਾਰੇ ਪਲੇਅਰ ਬੈਠੇ ਆ ਇੰਡੀਆ ਖੇਡਣਾ ਜੀ ਇੱਥੇ ਇੰਡੀਆ ਕਲਰ ਲੈ ਕੇ ਆਉਣਾ ਅੱਜ ਹਰ ਬੱਚੇ ਦਾ ਮਾਂ ਬਾਪ ਦਾ ਟਾਰਗੇਟ ਇੱਕੋ ਵੀ ਆਈਲੈਂਡਸ ਕਰਨਾ ਬਾਹਰ ਜਾਣਾ ਕੈਨੇਡਾ ਜਾਣਾ ਜੀ ਇਹ ਚੀਜ਼ਾਂ ਸਰਕਾਰ ਨੂੰ ਤਿਆਰ ਕਰਨੀਆਂ ਪੈਣਗੀਆਂ ਜੇ ਉਹ ਜੇ ਕਲਚਰ ਪੈਦਾ ਕਰੋਗੇ ਪਬਲਿਕ ਸਕੂਲਾਂ 'ਚ ਉਹ ਬੱਚੇ ਆਪਦੇ ਆਪ ਸਪੋਰਟਸ ਵੱਲ ਆਉਣਗੇ ਜੀ ਠੀਕ ਹੈ ਜਿੱਦਾਂ ਭਾਈ ਸਾਹਿਬ ਨੇ ਕਿਹਾ ਨਾ ਜੀ ਮੈਂ ਤਾਂ ਇਹ ਕਹਿਣਾ ਵੀ ਜਿਹੜੀਆਂ ਓਲੰਪਿਕ ਗੇਮ ਨੇ ਕਿਉਂਕਿ ਇੰਡੀਆ ਦੀ ਪਹਿਚਾਣ ਕਿੱਥੇ ਬਣਨੀ ਵਰਲਡ ਉਹ ਬਣਨੀ ਓਲੰਪਿਕ ਗੇਮ ਜਾਂ ਵਰਲਡ ਕੱਪ 'ਚ ਜੀ ਜਿਹੜੀਆਂ ਓਲੰਪਿਕ ਗੇਮ ਜਿੱਥੇ ਤੁਹਾਨੂੰ ਲੱਗਦਾ ਵੀ ਮੈਡਲ ਆ ਸਕਦੇ ਜਿਵੇਂ ਪੰਜਾਬ ਆ ਪੰਜਾਬ 'ਚ ਫਾਈਟਿੰਗ ਸਪਿਰਟ ਬਹੁਤ ਆ ਪੰਜਾਬ ਕੁਸ਼ਤੀਆਂ 'ਚ ਪੰਜਾਬ ਬਾਕਸਿੰਗ ਦੇ ਵਿੱਚ ਤੇ ਵਧੀਆ ਆਪਦੀ ਕਾਰਗੁਜ਼ਾਰੀ ਦਿਖਾ ਸਕਦਾ ਜੀ ਪੰਜਾਬ ਨੂੰ ਘੱਟੋ ਘੱਟ 10 ਗੇਮਾਂ ਤੋਂ ਲੈਣੀ ਚਾਹੀਦੀ ਉਹਨਾਂ ਤੇ ਹੀ ਪਹਿਰੇ ਦੇਣਾ ਚਾਹੀਦਾ ਉਹਨਾਂ ਤੇ ਜ਼ੋਰ ਦੇਣਾ ਚਾਹੀਦਾ ਹਾਲਾਂ ਦੇਖੋ ਹਾਲਾਂ 3 ਗੇਮਾਂ ਤੇ ਜ਼ੋਰ ਦਿੱਤਾ ਜਾਂਦਾ ਨੰਬਰ 1 ਫੁੱਟਬਾਲ ਨੰਬਰ 2 ਹਾਕੀ ਨੰਬਰ 3 ਟੈਨਿਸ ਅੱਜ ਮੈਂ ਤਿੰਨਾਂ ਚ ਰਿਜ਼ਲਟ ਦੇ
ਹਾਕੀ ਚ ਟੌਪ ਨੇ ਤੇ ਫੁੱਟਬਾਲ ਦੇ ਵਿੱਚ ਦੋ ਵਾਰੀ ਫੁੱਟਬਾਲ ਦਾ ਫਾਈਨਲ ਖੇਡ ਕੇ ਟੈਨਿਸ ਦੇ ਉਹਨਾਂ ਦੇ ਕਿੰਨੇ ਪਲੇਅਰ ਤਾਂ ਬਿਲਕੁਲ ਸਹੀ ਕਿਉਂਕਿ ਇਹਦੇ ਚ ਇੱਕ ਚੀਜ਼ ਹੋਰ ਆ ਜਾਂਦੀ ਕਿਉਂਕਿ ਜਿਹੜਾ ਖਿਡਾਰੀ ਹੈ ਜਕਰ ਸਾਹਿਬ ਰਜੋਲ ਸਾਹਿਬ ਜਿਹੜਾ ਖਿਡਾਰੀ ਤਿਆਰ ਕਰਨਾ ਉਹ ਹੁਣ ਕੰਮ ਆ ਗਿਆ ਕੋਚ ਦਾ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਕੋਚ ਦੀ ਭੂਮਿਕਾ ਬਹੁਤ ਅਹਿਮ ਹੈ ਹੁਣ ਪਰ ਸਾਡੀ ਤਰਾਸਦੀ ਜਿਹੜੀ ਇਹ ਹੈ ਕਿ ਅਸੀਂ ਇੱਧਰ ਸੂਬੇ 'ਚ ਬੈਠੇ ਜੇ ਸਾਡੇ ਕੋਲ ਇੰਨੇ ਓਲੰਪੀਅਨਸ ਹੋਏ ਇੰਨੇ ਖਿਡਾਰੀ ਸਪੋਰਟਸ ਹੱਬ ਜਲੰਧਰ ਸਾਡੇ ਜ਼ਿਲ੍ਹੇ ਨੂੰ ਕਿਹਾ ਜਾਂਦਾ ਸਭ ਤੋਂ ਵੱਡੀ ਜਿਹੜੀ ਤੇ ਤਰਾਸਦੀ ਉਹ ਇਹ ਹੈ ਕਿ ਸਾਡੇ ਜਿੰਨੀਆਂ ਵੀ ਖੇਡਾਂ ਨੇ ਜਿਹ 'ਚ ਮੈਡਲ ਆਉਂਦੇ ਆ ਉਹਨਾਂ ਦੇ ਸਾਰੇ ਕੋਚ ਬਾਹਰੋਂ ਆਉਂਦੇ ਵਿਦੇਸ਼ੀ ਨੇ ਕਿ ਸਾਡੇ ਵਿੱਚ ਇੰਨੀ ਵੀ ਕਪੈਸਿਟੀ ਨਹੀਂ ਹੈਗੀ ਇੰਨੀ ਕੈਪੇਬਿਲਿਟੀ ਨਹੀਂ ਹੈਗੀ ਕਿ ਅਸੀਂ ਆਪਣੇ ਸਟੇਟ ਦੇ ਵਿੱਚ ਕੋਈ ਇੱਦਾਂ ਦਾ ਕੋਚ ਤਿਆਰ ਕਰੀਏ ਜਿਹੜਾ ਸਾਡੇ ਬੱਚਿਆਂ ਨੂੰ ਟ੍ਰੇਨ ਕਰ ਸਕੇ ਦੇਖੋ ਮੈਂ ਜਿਹੜੀ ਪਹਿਲੀ ਗੱਲ ਕਹੀ ਸੀ ਉਹ ਇਹ ਹੈ ਕਿ ਸਾਡੇ ਕੋਲ ਇਨਫਰਾਸਟ੍ਰਕਚਰ ਦੀ ਕਮੀ ਹੈ ਜੀ ਮੈਂ ਸਹਿਮਤ ਹਾਂ ਇਸ ਗੱਲ ਤੋਂ ਕਿ ਇੰਡੀਆ ਲੈਵਲ ਤੇ ਪਾਲਿਸੀ ਬਣਨੀ ਚਾਹੀਦੀ ਹੈ ਔਰ ਸਾਰੀ ਸਟੇਟਸ ਨੂੰ ਇੱਕ ਤਰ੍ਹਾਂ ਦੀ ਪਾਲਿਸੀ ਹੋਣੀ ਚਾਹੀਦੀ ਹੈ ਲੇਕਿਨ ਜਿਹੜੇ ਫੋਰਨ ਕੋਚਿਸ ਦੀ ਤੁਸੀਂ ਗੱਲ ਕਰਦੇ ਹੋ ਦੇਖੋ ਇਹ ਬਹੁਤ ਬੜਾ ਬਦਲਾਵ ਆ ਰਿਹਾ ਬਾਹਰ ਦੇ ਕੰਟਰੀਜ਼ ਦੇ ਵਿੱਚ ਉਹ ਕੋਚਿਸ ਨੂੰ ਐਜ਼ ਅ ਪ੍ਰੋਫੈਸ਼ਨਲਸ ਟ੍ਰੇਨ ਕਰਦੇ ਨੇ ਇੱਥੇ ਅਸੀਂ ਇੱਕ ਪਲੇਅਰ ਨੂੰ ਸੋਚਦੇ ਹਾਂ ਕਿ ਇਹ ਕੋਚਿੰਗ ਕਰੇਗਾ ਇਹ ਜ਼ਰੂਰੀ ਨਹੀਂ ਹੈ ਕਿ ਜੇ ਕੋਈ ਅੱਛਾ ਪਲੇਅਰ ਰਿਹਾ ਹੋਵੇ ਉਹ ਅੱਛਾ ਕੋਚ ਹੋਏਗਾ ਕੋਈ ਕੋਚ ਐਸੇ ਨੇ ਜਿਨ੍ਹਾਂ ਨੇ ਕੋਈ ਕ੍ਰਿਕਟ ਬਹੁਤ ਅੱਛੀ ਨਹੀਂ ਖੇਡੀ ਲੇਕਿਨ ਦੇ ਆ ਵੈਰੀ ਗੁੱਡ ਕੋਚਿਸ ਬੜੇ ਅੱਛੇ ਕੋਚਿਸ ਹੁੰਦੇ ਨੇ ਸੋ ਇਹ ਕੋਈ ਪੈਰਾਮੀਟਰ ਨਹੀਂ ਹੈ ਲੇਕਿਨ ਅੱਛੇ ਇੱਥੇ ਕੋਰਸਿਸ ਹੋਣ ਕੋਚਿਸ ਦੇ ਅੱਛੀ ਐਜੂਕੇਸ਼ਨ ਹੋਵੇ ਕੋਚ ਬਣਨ ਵਾਸਤੇ ਉਸ ਦੀ ਕਮੀ ਹੋਣ ਕਰਕੇ ਇਹ ਜਿਹੜੀ ਕਮੀ ਹੈ ਉਹ ਪੂਰੀ ਕੀਤੀ ਜਾਂਦੀ ਕਿ 12 ਫੋਰਮ ਤੋਂ ਜਿਹੜੇ ਬੰਦੇ ਲੈ ਕੇ ਮੈਂ ਇੱਕ ਥੋੜ੍ਹੀ ਜਿਹੀ ਗੱਲ ਹੋਰ ਜੋੜਨਾ ਚਾਹੁੰਦਾ ਕਿ ਬੀਜੇਪੀ ਦੇ